ਵੀ ਮਜਬੂਰ ਕਰ ਦਿੱਤਾ ਧੱਕੇ ਖਾਈ ਕਰ। ਗੱਲ ਮੈਂ ਸਮਝਦਾ ਪੰਜਾਬ ਦੇ ਇਤਿਹਾਸ ਦਿਨ ਜਿਹੜਾ ਨਾ ਇਹ ਕਾਲੇ ਅਕਸ਼ਰਾਂ ਦੇ ਨਾਲ ਲਿਖਿਆ ਜਾਊਗਾ। ਸਰਕਾਰਾਂ ਬਹੁਤ ਆਈਆਂ, ਹਰੇਕ ਪਾਰਟੀ ਦੀਆਂ ਆਈਆਂ, ਪਰ ਜੋ ਲੋਕਤੰਤਰ ਦਾ ਕਾਣ ਇਹ ਸਰਕਾਰ ਝਾੜੂ ਦੀ ਮੈਂ ਸਮਝਦਾ ਪੰਚਾਇਤਾਂ ਦੇ ਵਿੱਚ ਕਰ ਰਹੀ ਹੈ, ਮੈਂ ਸਮਝਦਾ ਤਾਂ ਹੀ ਕਦੇ ਪੰਜਾਬ ਦੇ ਇਤਿਹਾਸ ਵਿੱਚ ਨਹੀਂ ਹੋਇਆ। 70% ਕਾਗਜ਼ ਜਿਹੜੇ ਨੇ ਡੇਰਾ ਬੱਸੀ ਹਲਕੇ ਦੇ, ਉਹਨਾਂ ਨੂੰ ਬਗੈਰ ਕਿਸੇ ਵਜ੍ਹਾ ਤੋਂ ਰੱਦ ਕੀਤਾ ਗਿਆ, ਪ੍ਰੋਜੈਕਟ ਕੀਤੇ ਗਏ ਹੈ, ਔਰ ਉਸ ਧਰਨੇ ਦੇ ਵਿੱਚ ਅਸੀਂ ਬੈਠੇ ਹਾਂ। ਇਹ ਚੋਣਾਂ ਇਸ ਨਾਲ ਤਾਂ ਮੈਂ ਸਮਝਦਾ ਕਰਾਉਂਦੀ ਨਾ, ਇਹ ਵੋਟਾਂ ਥੋੜ੍ਹਾ ਪੈ ਰਹੀਆਂ ਨੇ, ਇਹਦਾ ਧੱਕਾ ਹੋ ਰਿਹਾ। ਤੁਸੀਂ ਵੀ ਪੱਤਰਕਾਰ ਹੋ ਤੇ ਇਸ ਹਲਕੇ ਦੇ ਵਿੱਚ ਆਏ ਹੋ, ਵੱਡੇ ਵੱਡੇ ਲੀਡਰ ਇਹੋ ਜਿਹਾ ਮਾਹੌਲ ਦੇਖਿਆ ਕਿਤੇ ਸਾਡੀ ਸਰਕਾਰ ਵੇਲੇ ਇੱਕ ਵੀ ਕਿਸੇ ਦਾ ਪਰਚਾ ਵਿਰੋਧੀ ਦਾ ਕਿਸੇ ਦਾ ਬੈਠ ਨਹੀਂ ਹੋਇਆ, ਨਾ ਕਿਤੇ ਬਲਾਕ ਸਮਿਤੀ, ਨਾ ਕਿਤੇ ਜ਼ਿਲ੍ਹਾ ਪ੍ਰੀਸ਼ਦ 'ਚ, ਨਾ ਕਿਤੇ ਪੰਚਾਇਤ ਦੇ ਵਿੱਚ ਇੱਕ ਵੀ। ਇੱਥੇ ਲਿਸਟਾਂ ਦੇਖੋ, ਮੈਂ ਸਮਝਦਾ ਕੋਈ ਪਿੰਡ ਨਹੀਂ, ਤੁਹਾਨੂੰ ਮੈਂ ਖੇਡਣ ਤੋਂ ਲੈ ਕੇ ਗਲਾਉਣਾ ਸ਼ੁਰੂ ਕਰਾਂ, ਜਿੱਥੇ ਵੀ ਸਾਡੇ ਵਜ਼ਨਦਾਰ ਬੰਦੇ, ਕਿਉਂਕਿ ਇਹਨਾਂ ਕੋਲ ਬੰਦਾ ਕੋਈ ਨਹੀਂ ਲੜਨ ਵਾਲਾ, ਜਿਹੜੇ ਲੜਨ ਵਾਲੇ ਉਹਨਾਂ ਨੂੰ ਵੋਟਾਂ ਨਹੀਂ ਪੈਂਦੀਆਂ, ਔਰ ਜਿਹੜੇ ਬੰਦੇ ਜਿਹੜੇ ਸਾਡੇ ਮੇਨ ਹੈ ਉਹਨਾਂ ਸਾਰਿਆਂ ਦੇ ਤੁਹਾਡੇ ਬਗੈਰ ਕਿਸੇ ਵਜ੍ਹਾ ਤੋਂ ਕੋਈ ਇਤਰਾਜ਼ ਨਹੀਂ, ਕੋਈ ਪਤਾ ਨਹੀਂ, ਕੋਈ ਇੰਜੈਕਸ਼ਨ ਦਾ ਨਹੀਂ ਪਤਾ, ਔਰ ਨਾ ਕਿਸੇ ਨੂੰ ਅੰਦਰ ਵੜਨ ਦਿਆ। ਬੰਦੇ ਪੁਲਿਸ ਜਿਹੜੀ ਪਾਜੀ ਭਰਦਾ ਦੇ ਪੁਲਿਸ ਜੋ ਘਰੇ ਜਾ ਕੇ ਦਾਬੇ ਮਾਰ ਰਹੀ ਹੈ, ਔਰ ਰਾਤ ਨੂੰ 3-3 ਵਜੇ ਇਹਨਾਂ ਨੇ ਲਿਸਟਾਂ ਬਾਹਰ ਲਾਈਆਂ, 3 ਵਜੇ ਰਾਤ ਨੂੰ ਲੋਕ ਆਪ ਕੇ ਰਹਿ ਕੇ ਆਪਣੇ ਘਰਾਂ ਨੂੰ ਚਲੇ ਗਏ। ਸਵੇਰੇ ਪਤਾ ਲੱਗਿਆ ਵੀ ਮੇਰਾ ਨਾਂ ਯੋਗ ਹੈ, ਮੇਰਾ ਜੀ ਯੋਗ ਹੈ, ਇਹਨਾਂ ਨੇ ਆਪਾਂ ਪਿੰਡਾਂ ਦੀ ਹਜੇ ਲਿਸਟ ਨਹੀਂ ਲੱਗੀ ਹੈ, ਪਤਾ ਹੀ ਨਹੀਂ ਹੈ ਕਿਸੇ ਨੂੰ ਵੀ ਕੌਣ ਲੜ ਸਕਦਾ ਕੌਣ ਨਹੀਂ ਚੋਣ ਲੜ ਸਕਦਾ। ਸੰਧਾ ਔਰ ਇਹਦਾ ਜ਼ਿੰਮੇਵਾਰ ਕੁਲਜੀਤ ਸਿੰਘ ਰੰਧਾਵਾ, ਇਹਨੂੰ ਭੁਗਤਣੀ ਪਏਗੀ। ਔਰ ਇਹ ਵੀਡੀਓ ਜਿਹਨੇ ਧਾਂਦਲੀ ਮਚਾਈ ਹੈ, ਔਰ ਮੈਂ ਇਹਨੂੰ ਵੀਡੀਓ ਨੂੰ ਔਰ ਇਹਨਾਂ ਨੂੰ ਕਹਿਣਾ ਚਾਹੁੰਦਾ ਤੁਹਾਡੇ ਰਾਹੀਂ ਵੀ ਸਰਕਾਰ ਆਉਣੀ ਹੈ ਕਾਂਗਰਸ ਦੀ, ਅਤੇ ਤੁਹਾਨੂੰ ਰਾਹ ਨਹੀਂ ਲੱਭਣਾ ਭਾਜੀਆਂ ਨੂੰ, ਕਿ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਤੁਸੀਂ ਇਹ ਧਾਂਦਲੀਆਂ ਕਰ ਰਹੇ ਹੋ, ਇਹ ਸਰਕਾਰ ਖੋਲ੍ਹਾਂਗੇ ਜੋ ਧਾਂਦਲੀਆਂ ਇੱਥੇ ਵੀਡੀਓ ਨੇ ਬਚਾਈਆਂ। ਮੈਂ ਸਮਝਦਾ ਜਿੰਨਾ ਗੰਦ ਇਸ ਵੀਡੀਓ ਨੇ ਪਾਇਆ ਕਿਸੇ, ਮੈਂ ਕਹਿੰਦਾ ਪੰਜਾਬ 'ਚ ਵੀ ਕਿਸੇ ਨੇ ਪਾਇਆ ਹੋਣਾ, ਸਭ ਤੋਂ ਕਰਪਟ ਅਫਸਰ ਹੈ, ਔਰ ਅਸੀਂ ਸਰਕਾਰ ਆਉਣ ਜੋ ਮੈਂ ਦਿਖਾਊਂਗਾ ਇਹਨਾਂ ਨੂੰ। ਇਹਨਾਂ ਦੇ ਖਿਲਾਫ ਤੁਸੀਂ ਲੀਗਲ ਕਰੋਗੇ ਕੋਈ? ਹਰੇਕ ਕੋਸ਼ਿਸ਼ ਕਰਾਂਗੇ, ਕੋਈ ਸੁਣਾਈ ਨਹੀਂ ਕਿਤੇ, ਕੋਈ ਅਫਸਰ ਫੋਨ ਨਹੀਂ ਚੱਕਦਾ, ਚਾਹੇ ਡੀਸੀ ਨੂੰ ਕਰ ਲਓ, ਐਸਡੀਐਮ ਨੂੰ ਕਰ ਲਓ, ਕੋਈ ਫੋਨ ਨਹੀਂ ਚੱਕਦਾ, ਆਰਓ ਫੋਨ ਨਹੀਂ ਚੱਕਦੇ, ਜੋ ਉੱਤੋਂ ਹਦਾਇਤਾਂ ਨੇ ਉਹ ਹੋ ਰਿਹਾ, ਜੋ ਕੁਝ ਹੋ ਰਿਹਾ ਜੋ ਇਹਨਾਂ ਨੂੰ ਹਦਾਇਤਾਂ। ਪੰਜਾਬ ਸਰਕਾਰ ਸਰਬਸੰਮਤੀ ਦਾ ਮੁੱਖ ਮੰਤਰੀ ਦੇ ਪਿੰਡ ਨਹੀਂ ਹੋਈ, ਹੋਰ ਤਾਂ ਦੱਸੋ ਤੁਸੀਂ ਕਿੱਥੇ ਤੁਸੀਂ ਮੈਨੂੰ ਦੱਸੋ, ਤੁਸੀਂ ਪੱਤਰਕਾਰ ਹੋ, ਤੁਸੀਂ ਅਸਤੇ 'ਚ ਰਹੇ ਹੋ, ਤੁਸੀਂ ਇਹੋ ਜਿਹਾ ਮਾਹੌਲ ਕਦੇ ਪੰਚਾਇਤਾਂ ਦੀਆਂ ਚੋਣਾਂ ਦੇ ਵਿੱਚ ਦੇਖਿਆ? ਤੁਸੀਂ ਮੈਨੂੰ ਦੱਸੋ ਸਾਡੀ ਸਰਕਾਰ ਵੇਲੇ ਪੰਚਾਇਤਾਂ ਦੀਆਂ ਚੋਣਾਂ ਹੋਈਆਂ, ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਈਆਂ, ਔਰ ਬਲਾਕ ਸੰਮਤੀ ਦੀਆਂ ਹੋਈਆਂ, ਇੱਕ ਬੰਦੇ ਨੇ ਕਾਗਜ਼ ਰਿਜੈਕਟ ਨਹੀਂ ਹੋਏ, ਅਸੀਂ ਵੋਟਾਂ ਲੈ ਕੇ ਜਿਤਾਏ ਬੰਦੇ, ਆਪਣੇ ਧੱਕਾ ਨਹੀਂ ਹੋਇਆ, ਇੱਕ ਵੋਟ ਦੀ ਰੱਖ ਨਹੀਂ, ਇੱਥੇ ਤਾਂ ਮੈਂ ਸਮਝਦਾ ਪਤਾ ਹੀ ਨਹੀਂ ਲੱਗ ਰਿਹਾ, ਪੁੱਛ ਹੀ ਨਹੀਂ ਰਿਹਾ, ਇਹੋ ਜਿਹੀ ਧਾਂਦਲੀ ਸਰਪੰਚੀ ਦੇ ਪਰਚੇ ਭਰੇ ਪੰਚੀ ਦੇ ਜਿਹੜਾ ਸਰਪੰਚ ਨੇ ਇਹਨਾਂ ਨੇ ਪਿੰਡ ਖੇਡਣ ਵਾਲਾ ਸਰਪੰਚੀ ਦਾ ਕਾਗਜ਼ ਭਰਿਆ, ਉਹਦਾ ਸਿਰਫ ਸ਼ੋ ਕਰ ਰਿਹਾ ਪੰਚੀ ਦੇ ਕਾਗਜ਼ ਦੇ ਵਿੱਚ, ਪੰਚਾਂ ਦੇ ਕੀ ਸਰਪੰਚਾਂ ਦੇ ਕੀ, ਮੈਂ ਕਿਹਦਾ ਕਿਹਦਾ ਗਿਣਾਵਾਂ ਤੁਹਾਨੂੰ, ਮੈਂ ਲਿਸਟ ਦਿੰਦਾ 70% ਕਾਗਜ਼ ਜਿਹੜੇ ਰਿਜੈਕਟ ਹੋਏ ਸਾਡੇ ਕਾਗਜ਼, ਕਿਉਂਕਿ ਇਹਨੂੰ ਡਰ ਹੀ ਉਹਦੇ ਤੋਂ ਹੈ, ਕਿਉਂਕਿ ਇਹਨਾਂ ਵਾਲੇ ਬੰਦੇ ਜਿਹੜੇ ਜਿੱਤਦੇ ਹੀ ਨਹੀਂ ਕੋਟਾਂ 'ਚ, ਧੱਕੇ ਨਾ ਬਣਾਉਣੇ ਆ। ਔਰ ਕੋਈ ਗੱਲ ਨਹੀਂ, ਸਮਾਂ ਜ਼ਿਆਦਾ ਨਹੀਂ ਰਹਿ ਗਿਆ, 2 ਸਾਲ ਰਹਿ ਗਏ, ਕੋਈ ਗੱਲ ਨਹੀਂ, ਜਿਹੜੀ ਇਹਨਾਂ ਨੇ ਭਾਜੀ ਪਾਈ ਹੈ ਨਾ, ਇਹ ਭਾਜੀ ਇਹਨਾਂ ਨੂੰ ਮੋੜਾਂਗੇ, ਉਦੋਂ ਇਹਨਾਂ ਨੂੰ ਦਿਖਾਵਾਂਗੇ। ਫਿਰ ਇਹਨਾਂ ਨੇ ਗਲਤ ਪਾਤੀ, ਜੋ ਮਾਹੌਲ ਇਹਨਾਂ ਨੇ ਪਿੰਡਾਂ ਦੇ ਵਿੱਚ ਜੋ ਬਣਾਤਾ, ਮੈਂ ਸਮਝਦਾ ਇਹ ਜਿਹੜੀਆਂ ਲੜਾਈਆਂ, ਜਿਹੜੀਆਂ ਇਹ ਧੜੇਬੰਦੀਆਂ ਬਣ ਗਈਆਂ, ਇਹ ਧੜੇਬੰਦੀਆਂ ਖਤਮ ਨਹੀਂ ਹੋਣੀਆਂ। ਇਹ ਕਹਿੰਦੇ ਆ ਜੀ ਅਸੀਂ ਅਮਨ ਮਾਨ ਕਰਾਉਣਾ, ਇਹੋ ਜਿਹਾ ਹਾਲਾਤ ਹੈ। ਆਹ ਵੀਡੀਓ ਜਿਹੜਾ ਇਹਨੂੰ ਪੁੱਛੋ, ਜਿਹੜੇ ਕੋਈ ਇਤਰਾਜ਼ ਹੀ ਨਹੀਂ ਪਤਾ ਕਿਸੇ ਨੂੰ ਵੀ ਤੇਰੇ 'ਤੇ ਇਤਰਾਜ਼ ਕੀ ਹੈ।
ਕਿਸੇ ਨੂੰ ਇਹ ਨਹੀਂ ਪਤਾ ਤੇਰਾ ਪੇਪਰ ਰਿਜੈਕਟ ਕਿਉਂ ਹੋਇਆ। ਪ੍ਰਸ਼ਾਸਨ ਕੀ ਕਹਿ ਰਿਹਾ ਜੀ ਇਸ ਬਾਰੇ? ਪ੍ਰਸ਼ਾਸਨ ਕੀ ਕਹਿ ਰਿਹਾ? ਪ੍ਰਸ਼ਾਸਨ ਕੌਣ? ਕੁਛ ਵੀ ਨਹੀਂ ਕੋਈ ਕਹਿ ਰਿਹਾ। ਫੋਨ ਕਰਦੇ ਆ, ਫੋਨ ਨਹੀਂ ਚੱਕਦਾ ਕੋਈ, ਨਾ ਕੋਈ ਡੀਸੀ ਚੱਕਦਾ, ਨਾ ਕੋਈ ਚੋਣ ਕਮਿਸ਼ਨ ਕੋਲ। ਕਈ ਕਹਿ ਤੁਹਾਡੀ, ਅਸੀਂ ਗਏ, ਮੈਂ ਗਿਆ ਚੋਣ ਕਮਿਸ਼ਨ ਕੋਲ, ਅਸੀਂ ਬਾਜਵਾ ਸਾਹਿਬ ਗਏ ਹਾਂ, ਤ੍ਰਿਪਤ ਬਾਜਵਾ ਜੀ ਜਿਹੜੇ ਮੰਤਰੀ ਰਹੇ ਆ ਪੰਚਾਇਤਾਂ ਦੇ, ਉਹ ਗਏ, ਅਸੀਂ ਸਾਰੇ ਜਾ ਕੇ ਉਹਨਾਂ ਨੂੰ ਲੈ ਕੇ ਆਏ। ਉਸ ਤੋਂ ਬਾਅਦ ਮੈਂ ਜਿੱਦਣ ਨਾਮਜ਼ਦਗੀ ਸੀ ਐਸ ਡੀ ਐਮ ਸਾਹਿਬ ਨੂੰ ਮਿਲਿਆ ਸੀ, ਜਾ ਕੇ ਸਾਰੇ ਮਿਲਿਆ, ਉਦੋਂ ਵੀ ਆਇਆ, ਅਸੀਂ ਬੰਦਿਆਂ ਨੂੰ ਲੈ ਕੇ ਮਿਲੇ ਵੀ ਸੀ, ਆਹ ਦਿੱਕਤਾਂ ਮਹਿਸੂਸ ਕਰ ਰਹੇ ਹਾਂ, ਬੰਦਿਆਂ ਨਾਲ ਧੱਕਾ ਹੋ ਰਿਹਾ, ਤੁਸੀਂ ਸੁਣਾਈ ਕਰੋ। ਹਾਂਜੀ ਹਾਂ ਬਿਲਕੁਲ, ਅਸੀਂ ਮੈਂ ਕਰਾਨਾ ਪੁੱਛੋ, ਸਾਰੇ ਬੈਠੇ ਮੁੜ ਕੇ ਉੱਥੇ ਦੀ ਉੱਥੇ ਹੋਈਆਂ ਜੀ, ਆਈ ਕਾਰਡ ਹੈਗੇ, ਲਿਸਟਾਂ ਬਣੀਆਂ ਵੀ, ਇਹਦਾ ਰਿਜੈਕਟ ਕਰ ਦਿਓ, ਕੋਈ ਕੋਈ ਲੋਕਤੰਤਰ ਹੈ ਇਹਦੇ ਨਾਲ ਚੰਗਾ ਤਾਂ ਸਾਹਿਬ ਜਮਾਂ, ਮੈਂ ਕਹਿੰਦਾ ਚੋਣ ਹੀ ਨਾ ਕਰਾਉਣੇ। ਢਿੱਲੋਂ ਸਾਹਿਬ ਅਕੇਲੇ ਡਿਕਲੇਅਰ ਕਰ ਦਿਓ, ਕੀ ਲੋੜ ਹੈ ਚੋਣ ਕਰਾਉਣ ਦੀ? ਕੋਈ ਚੋਣ ਹੋ ਰਹੀ ਹੈ ਢਿੱਲੋਂ ਸਾਹਿਬ, ਧੱਕਾ ਇੱਥੇ ਹੋ ਰਿਹਾ ਕਿ ਸਾਰੇ ਪੰਜਾਬ 'ਚ ਹੋ ਰਿਹਾ ਜੀ? ਦੇਖੋ ਸਾਰੇ ਪੰਜਾਬ 'ਚ ਹੀ ਹੋ ਰਿਹਾ ਔਰ ਹਰ ਹਲਕੇ 'ਚ ਹੋ ਰਿਹਾ, ਔਰ ਇੱਥੇ ਤਾਂ ਮੈਂ ਸਮਝਦਾ ਇਹ ਜਿਹਾ ਤਾਂ ਇਤਿਹਾਸ ਸੈਣੀ ਸਾਹਿਬ ਸਾਡੇ ਹਲਕੇ 'ਚ ਤਾਂ ਹੋਇਆ ਨਹੀਂ। ਕੈਪਟਨ ਕਵਲਜੀਤ ਸਿੰਘ ਅੱਡਾ ਲੀਡਰ ਰਿਹਾ, ਸ਼ਰਮਾ ਜੀ ਵੀ ਰਹੇ, ਅਕਾਲੀ ਦਲ ਦੇ ਵੀ ਰਹੇ, ਅਸੀਂ ਵੀ ਰਹੇ, ਕਦੇ ਇਹ ਹਾਲਾਤ ਨਹੀਂ ਬਣੇ ਜਿਹੜੇ ਅੱਜ ਬਣਾਏ ਕੁਲਜੀਤ ਸਿੰਘ ਦਾ ਔਰ ਇਹ ਵੀਡੀਓ। ਇਹ ਦੋ ਜਣੇ ਮੈਂ ਸਮਝਦਾ ਇਸ ਗੱਲ 'ਤੇ ਜ਼ਿੰਮੇਵਾਰ ਨੇ ਔਰ ਇਹਨਾਂ ਨੂੰ ਭੁਗਤਣੀ ਪੈਣੀ ਹੈ। ਵੀਡੀਓ ਨੂੰ ਤਾਂ ਮੈਂ ਦੁਬਾਰਾ ਕਹਿੰਦਾ ਕਿ ਕੋਈ ਨਹੀਂ, ਇਹ ਸਭ ਤੋਂ ਕਰਪਟ ਅਫਸਰ ਹੈ ਪੰਜਾਬ ਦਾ, ਇਹਦੇ ਖਿਲਾਫ਼ ਇਨਕੁਆਇਰੀਆਂ ਕਰੋੜਾਂ ਦੇ ਕਬਜ਼ੇ ਕੀਤੇ ਹੋਏ। ਅਸੀਂ ਲਿਆਵਾਂਗੇ ਜਿੱਦਣ ਸਰਕਾਰ ਆ ਗਈ ਵਿਜੀਲੈਂਸ, ਧਮਕੀ ਦੇ ਰਹੇ ਜੀ ਤੁਸੀਂ? ਕੀ ਹੈ ਬਿਲਕੁਲ ਧਮਕੀ ਦਿੰਦੇ, ਕਿਉਂ ਨਹੀਂ ਦੇ ਰਹੇ ਜਦੋਂ ਸਾਡੀ ਸਾਡੇ ਨਾਲ ਜੋ ਹਾਲਾਤ ਕਰ ਰਹੇ ਨੇ, ਇਹ ਕੋਈ ਤਰੀਕਾ? ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਨੇ, ਨੌਕਰੀ ਨਹੀਂ ਕਰਨੀ। ਆਪਣੇ ਹਲਕੇ 'ਚ ਕਿੰਨੇ ਕੁ ਰਿਜੈਕਟ? ਸਾਡੇ 70% ਮਿੱਤਲ ਸਾਹਿਬ, ਸਾਡੇ ਬੰਦੇ ਕੋਈ ਹੈ ਹੀ ਨਹੀਂ ਜਿਹਦਾ ਕਾਵੀ ਰਹਿ ਗਿਆ ਹੋਵੇ, ਸਭ ਰਿਜੈਕਟ ਕਰਦੇ ਇਹਨਾਂ ਨੇ ਔਰ ਬਗੈਰ ਵਜ੍ਹਾ ਤੋਂ ਰਿਜੈਕਟ। ਕੋਈ ਕੋਈ ਪਤਾ ਹੀ ਨਹੀਂ ਸਾਨੂੰ ਕਿਉਂ ਰਿਜੈਕਟ ਆ ਰਿਜੈਕਟ ਸਿਰਫ ਕਾਂਗਰਸ ਵੱਲ, ਆਮ ਆਦਮੀ ਪਾਰਟੀ ਦੇ ਵੀ ਕੈਂਸਲ ਹੋਇਆ, ਸਿਰਫ ਸਾਡੇ ਹੋਇਆ ਕਾਂਗਰਸੀਆਂ ਦੇ ਵੀ, ਅਕਾਲੀਆਂ ਦਾ ਹੁਣ ਕੰਮ ਹੀ ਹੁਣ ਭੋਗ ਪੈ ਗਿਆ, ਗਲਤ ਹੋ ਗਿਆ, ਅਕਾਲੀਆਂ ਦਾ ਬੰਦਾ ਹੀ ਕੋਈ ਨਹੀਂ ਆ। ਅਕੇਲਾ ਵੀਡੀਓ ਹੀ ਤਨ ਕਰ ਰਿਹਾ ਕੋਈ?